अठ टीम जी वीरे क्वार्टर चल रहा है रोहित चंडीगढ़ का मैच बई टूर्नामेंट यार मथा हार गया भाई होया नहीं होया नहीं प्रिंस चथा सोनी संधू
ਮਾਨ ਆ ਸਾਡੀ ਜ਼ਿੰਦਗੀ ਦੇ ਸਾਰੇ ਪਰਿਵਾਰ ਦਾ ਸੋਨੀ ਦਾਠੋ ਸ਼ੱਕੇ ਸ਼ੰਭੋ ਬਾਦਾਰ ਪੀਓ 500 ਜਿਹੜਾ ਪ੍ਰਬੰਧਕ ਕਮੇਟੀ ਵੱਲੋਂ ਸ਼ਾਟ ਹੈ ਮੇਰੇ ਵੀਰੋ ਫ੍ਰੀ ਹਿੱਟ ਬਾਲ ਹੈ ਥੱਲੇ ਖਿਡਾਰੀ ਹੈ ਪਰ ਉਧਰਲੇ ਪਾਸੇ ਰਨ 6 ਹੈ ਆ ਬਾਲ ਤੇ ਸ਼ੱਕੇ ਦਾ 500 ਭੋਗੀ ਬਾਦ ਦੀ ਕਮੇਟੀ ਵੱਲੋਂ ਜਿਹੜਾ ਹੋਣਾ ਮੇਰੇ ਮਿੱਤਰੋ ਆ ਬਾਲ ਤੇ ਛੱਪਾ ਰੁਪਈਆ 500 ਵਿਕਟ ਵੀ 500 ਦੀ ਕਰ ਦਿਓ ਪ੍ਰਬੰਧਕ ਕਹਿੰਦੇ ਆ ਸ਼ਾਟ ਲਓ ਸਾਹਮਣੇ ਜਵਿੰਦਰ ਗੜੀਆ ਪਰਦਾ ਛੱਕਾ ਵੱਜ ਗਿਆ ਆ ਬਾਤੇ ਛੱਕਾ ਮੇਰੇ ਕੈਨੇਡਾ ਦੇ ਆ ਰਿਹਾ ਤਾਂ ਵੀ 500 ਤਾਂ ਵੀ ਤਾਂ ਵੀ ਤਾਂ ਵੀ 500 ਰਣ ਦੋ ਪਰ ਉਧਰਲੇ ਪਾਸੇ ਰਣ ਦੋ ਖੇਡ ਗਰਾਊਂਡ ਦੇ ਅੰਦਰ ਜੁੜੇ ਆ ਉਧਰ ਭੋਗੀਆਂ ਵਾਲੇ ਕਹਿੰਦੇ ਆ 500 ਦੇਣਾ ਜੇ ਸ਼ੰਭੂ ਨੂੰ ਆਊਟ ਕਰਦਾ ਨਾ ਟਾਈਗਰ ਰੁਪਈਆ 500 ਭੋਗੀ ਵਾਲ ਦੀ ਕਮੇਟੀ ਵੱਲੋਂ ਦਿੱਤਾ ਜਾਊਗਾ ਕਪੂਰਥਲੇ ਦੇ ਓਏ ਗੇਲੂ ਪਿੰਡ ਵਾਲਿਆਂ ਦੀ ਚਲੋ ਸਪੋਰਟ ਆ ਤੇ ਸਾਰੇ ਹੀ ਪਿੰਡ ਆਇਆ ਹਾਂਜੀ ਹਾਂਜੀ ਵੀਰੇ ਜ਼ਰੂਰ ਰਿਵਿਊ ਲੈ ਸਕਦੇ ਜੀ ਰਿਵਿਊ ਚੈੱਕ ਕਰ ਲਓ ਜੀ ਚੈੱਕ ਕਰ ਲਓ ਕੋਈ ਗੱਲ ਨਹੀਂ ਕਹਿੰਦੇ ਵੀ ਰਿਵਿਊ ਲੈ ਸਕਦੇ ਸੋਹਣਾ ਸਰਦਾਰਗੜ੍ਹ ਨਹੀਂ ਹੈਗਾ ਬਾਈ ਆਹ ਬਾਲ ਤੇ ਡਾਟ ਲੱਗੀ ਰੁਪਈਆ 500 ਬਾਲਾਂ ਦੇ ਲਈ ਮੇਰੇ ਮਿੱਤਰੋ ਆਹ ਬੱਲੇ 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 ਪਰ ਸੌਖਾ 500 ਨਹੀਂ ਦੇਣਾ ਉਧਰਲੇ ਪਾਸੇ ਮੇਅਰ ਮਲੇਰ ਮੁਕਲੇ ਵਾਲਾ ਇੱਕ ਰਨ ਦੇ ਵਾਧੇ ਦੂਜੇ ਦੀ ਟਰਾਈ ਹੈ ਰਨ ਦੋ ਗੱਡਿਆਂ ਦੇ ਪ੍ਰਾਪਤ ਕਰ ਲਏ ਹੈ 4 ਹੋ ਗਏ ਖੇਡ ਗਰਾਊਂਡ ਦੇ ਅੰਦਰ ਜਿਹੜੇ ਪ੍ਰਾਪਤ ਹੈ ਬਾਈ ਟੀਮ ਦੇ ਕਹੇ ਤੇ ਚੌਕਾ ਨਹੀਂ ਦੇਣਾ ਜੀ ਅਸੀਂ ਟੀਮ ਵਾਲੇ ਕਹਿਣਗੇ ਅਸੀਂ ਨਹੀਂ ਦੇਣਾ ਚੌਕਾ ਹਾਂ ਜਾਂ ਛੱਕਾ ਜ਼ਰੂਰੀ ਹੋ ਗਿਆ ਮਲੇਰ ਕੋਟਲੇ ਵਾਲਿਆ ਉਹ ਛੱਕਾ ਸਿੰਗਲ ਜ਼ਰੂਰੀ ਹੋ ਗਿਆ 35 ਬਾਲ ਛੱਕਾ ਬਚ ਗਿਆ ਉਹ ਛੱਕਾ ਹੀਰਾ ਲਿਆ ਬਚ ਗਿਆ ਮੇਰੇ ਵੀਰੋ 6 ਛੱਕ ਰਹਿ ਗਏ ਹੁਣ 6 ਰਹਿ ਗਏ ਬਾਲਾਂ 11 ਰਹਿ ਗਈਆਂ ਹੁਣ ਮੈਨੂੰ ਲੱਗਦਾ ਵੀ ਗੱਡਾਂ ਡੇਗਿਆ ਦੇ ਹੁੰਦਾ ਹੋਰ ਪੜਿਆ ਪਾਣੀ ਹੀਰਾ ਵਾਲਿਆ ਤੇਰੇ ਕਹਿਣ ਦਾ ਮਤਲਬ ਹੈ 11 ਬਾਲਾਂ 6 ਛੱਕ ਉਹ ਕਿਆ ਬਾਤ ਆ ਮੁੰਡਿਆ ਕਿਆ ਬਾਤ ਹੈ ਛੱਕਾ ਕਹਿੰਦੇ ਫੇਰ ਹਾਂ ਬਚ ਗਿਆ ਮੇਰੇ ਵੀਰੋ ਹੁਣ ਛੱਕ 5 ਰਹਿ ਗਏ ਹੀਰਾ ਵਾਲਿਆ 5 ਛੱਕ ਰਹਿ ਗਏ ਆ ਲਓ 5 ਛੱਕ ਰਹਿ ਗਏ ਮੇਰੇ ਮਿੱਤਰੋ ਪਹਿਲੀ ਤੇ ਰਨ 6 20 ਰਹਿ ਗਏ 5 ਬਾਲਾਂ 20 ਮੇਰੇ ਮਿੱਤਰੋ ਸੁਭਾਨ ਨਹੀਂ ਹੈਗਾ ਬਾਈ ਹਾਂ ਸਹੀ ਗੱਲ ਆ ਬ੍ਰੈਡਲੀ ਵੱਜ ਗਿਆ ਛੱਕਾ 2 ਬਾਲਾਂ 7 ਰਹਿ ਗਏ ਸਿਰਾ ਕਰਾ ਗਿਆ ਮੁੰਡਾ ਯਾਰ ਬਹੁਤ ਤਗੜੀ ਬੈਟਿੰਗ ਕਰ ਗਿਆ ਉਮੇਰ ਫੜ ਗਈ ਬੰਟੀ ਸੂਰਜ ਪਈ ਜਾਂਦਾ ਸੱਤ ਰਹਿ ਗਏ ਪਰ ਨਾਗ ਨੇ ਕਮਾਲ ਕਰਤੀ ਯਾਰ 7 ਮੇਰੇ ਮਿੱਤਰੋ ਓਏ ਬਾਲ ਆ ਓਏ ਮੇਰੇ ਰੱਬਾ ਜਿੱਤ ਗਈ ਟੀਮ ਦੁੱਲਮਾ ਦੀ ਬਾਈ ਬਹੁਤ ਤਗੜਾ ਖੇਡਿਆ ਮੁੰਡੇ ਦੋਨੇ ਟੋਗੀ ਵਾਲੇ ਦੇ ਨਜ਼ਾਰਾ ਆ ਮੈਚ ਦਾ ਯਾਰ ਤਾੜੀਆਂ ਮਾਰਦੇ ਜ਼ੋਰਦਾਰ ਮੇਰੇ ਮਿੱਤਰੋ ਹੋਇਆ ਕੀ